ਜੰਡਿਆਲਾ ਗੁਰੂ ਸ਼ਹਿਰ ਵਿੱਚ ਬੀਤੇ ਕੱਲ ਰਾਤ ਚੋਰਾਂ ਵੱਲੋਂ ਮੁੱਖ ਰੋਡ ਤੇ ਪੈਂਦੀਆਂ ਫੋਟੋਗ੍ਰਾਫਰ ਦੀਆਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਸ਼ਟਰਾਂ ਦੇ ਜਿੰਦਰੇ ਤੋੜ ਕੇ ਇੱਕ ਦੁਕਾਨ ਵਿੱਚੋਂ 2.5 ਲੱਖ ਦਾ ਸਮਾਨ ਚੋਰੀ ਕੀਤਾ ਹੈ। ਇਸ ਮਾਮਲੇ ਵਿੱਚ ਜੰਡਿਆਲਾ ਗੁਰੂ ਪੁਲਿਸ ਨੇ 24 ਘੰਟਿਆਂ ਵਿੱਚ ਚੋਰਾਂ ਨੂੰ ਕਾਬੂ ਕੀਤਾ ਹੈ। ਇਹਨਾਂ ਦੇ ਕੋਲੋਂ ਵਰਤੀ ਗਈ ਸਕੂਟਰੀ, 2 ਕੈਮਰੇ, ਕੰਪਿਊਟਰ, CPU, ਪ੍ਰਿੰਟਰ, 1 ਇਨਵਰਟਰ, ਬੈਟਰਾ ਚੋਰੀ ਕੀਤੇ ਸਨ ਬਰਾਮਦ ਕੀਤੇ ਹਨ। DSP ਜੰਡਿਆਲਾ ਗੁਰੂ ਦੇ ਗੁਰਿੰਦਰ ਵੀਰ ਸਿੰਘ ਸਿੱਧੂ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਕਿਹਾ, ਜੰਡਿਆਲਾ ਗੁਰੂ ਦੇ ਵਿੱਚ 2 ਲੁੱਟੀਆਂ ਵਾਰਦਾਤਾਂ ਹੋਈਆਂ ਸੀ ਦੁਕਾਨਾਂ 'ਤੇ। ਇੱਕ ਫੋਟੋ ਸਟੂਡੀਓ ਸੀ ਜਿਹਦੇ ਵਿੱਚੋਂ ਇਨਵਰਟਰ, ਕੈਮਰੇ ਅਤੇ ਇੱਕ ਪ੍ਰਿੰਟਰ, CPU ਇਹ ਸਾਰਾ ਸਮਾਨ ਲੈ ਗਏ ਸੀ। ਇੱਕ ਨਾਲ ਡਾਕਟਰ ਦਾ ਕਲੀਨਿਕ ਸੀ ਜਿੱਥੋਂ ਇੱਕ LCD ਅਤੇ ਇਨਵਰਟਰ ਲੈ ਗਏ ਸੀ। ਇਹ ਜੰਡਿਆਲਾ ਪੁਲਿਸ ਟੀਮ ਨੇ ਬਹੁਤ ਮਿਹਨਤ ਕਰਕੇ 24 ਘੰਟਿਆਂ ਦੇ ਵਿੱਚ ਕੇਸ ਹੱਲ ਕਰਕੇ ਸਾਰੇ ਤੋਂ ਸਾਰਾ ਸਮਾਨ ਬਰਾਮਦ ਕਰ ਲਿਆ। ਇਹ ਪ੍ਰੋਫੈਸ਼ਨਲ ਹੈ? ਹਾਂ, ਇਹਨਾਂ ਦੇ ਵਿੱਚੋਂ ਇੱਕ ਹੈਗਾ ਜਿਹੜਾ ਪਹਿਲਾਂ ਵੀ ਜਿੱਥੇ ਕੇਸ ਦਰਜ ਨੇ, 6 ਵਾਰੀ ਉਹ ਚੋਰੀ ਕਰ ਚੁੱਕਾ, 6 ਵਾਰੀ ਮੁਕਦਮੇ ਦਰਜ ਨੇ। ਇੱਕ ਬੰਦਾ ਇਹਨਾਂ ਦੇ ਵਿੱਚੋਂ ਅਜੇ ਫਰੈਸ਼ਰ ਹੈ, ਨਵਾਂ ਪਹਿਲੀ ਵਾਰੀ ਕਰਦਾ। ਕੀ ਨਾਂ ਜੀ ਪ੍ਰੋਫੈਸ਼ਨਲ ਦੇ ਨਾਲ? ਵਿਨੋਦ ਕੁਮਾਰ ਹੈ ਜਿਹੜਾ ਪਹਿਲਾਂ ਕਰਦਾ ਸੀ, ਅਤੇ ਵਿਜੇ ਕੁਮਾਰ ਉਹਦੇ ਨਾਲ ਜਿਹੜਾ ਨਵਾਂ। ਇਸ ਤੋਂ ਪਹਿਲਾਂ ਵੀ ਇੱਕ ਫੋਟੋਗ੍ਰਾਫਰ ਦੀ ਲੁੱਟੀ ਗਈ, ਉਹਦੇ ਵਿੱਚ ਹੈਗਾ ਇਹਨਾਂ ਦਾ ਕੋਈ ਹੱਥ? ਨਹੀਂ, ਉਹ ਵਾਲੇ ਦੇ ਵਿੱਚ ਨਹੀਂ, ਉਹਨਾਂ ਦਾ ਕੱਥੂ ਨੰਗਲ ਥਾਣੇ ਦੇ ਵਿੱਚ ਅਤੇ ਤਰਸਿੱਕੇ ਦੇ ਵਿੱਚ, ਉੱਧਰ ਇਹਨਾਂ ਦੇ ਮੁਕਦਮੇ ਦਰਜ। ਕੀ ਕਾਰਵਾਈ ਕਰੋਗੇ? ਇਹਨਾਂ ਦਾ ਪਰਚਾ ਕੱਲ੍ਹ ਹੀ ਰਜਿਸਟਰ ਹੋ ਗਿਆ ਸੀ, ਫੋਨ ਉਹਦੇ ਵਿੱਚ ਰਿਕਵਰੀ ਵੀ ਪੈ ਗਈ ਹੈ, ਅਤੇ ਹੁਣ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਫੋਟੋ ਵਗੈਰਾ ਜਿੱਦਾਂ ਅੱਜ ਮੋਬਾਈਲ ਖੋਇਆ ਗਿਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਅੱਜ ਵਾਲਾ ਜਿਹੜਾ ਮੋਬਾਈਲ ਵਾਲਾ, ਉਹ ਸਾਡੇ ਕੋਲ ਇੰਸੀਡੈਂਟ ਰਿਪੋਰਟ ਨਹੀਂ ਹੋਇਆ, ਫਿਰ ਵੀ ਅਸੀਂ ਆਪਣੇ ਤੌਰ ਦੇ ਉੱਤੇ ਉਹ ਲੈ ਕੇ ਉਹਦਾ ਮੋਬਾਈਲ ਨੰਬਰ ਜਿਵੇਂ ਉਹਨੂੰ ਟਰੇਸ ਕਰਾਂਗੇ, ਕਿਉਂਕਿ ਉਹਦੇ ਵਿੱਚੋਂ ਕੁਝ ਨਾ ਕੁਝ ਨਿਕਲਦਾ, ਜਿਵੇਂ ਕਿ ਮੰਨ ਲਓ ਸਿਮ ਤੋਂ ਬਦਲ ਲੈਂਦਾ ਜਾਂ ਕੁਝ, ਉਹਨੂੰ ਵੀ ਅਸੀਂ ਕਰਦੇ। ਸਰ, ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੋ ਰਹੀਆਂ, ਕੋਈ ਖਾਸ ਆਪਣੇ ਵੱਲੋਂ ਕੀ ਕਰ ਰਹੇ ਹੋ ਟੀਮ ਤਿਆਰ? ਇਹਦੇ ਵਿੱਚ ਦੇਖੋ ਸਾਡੇ ਕੋਲ ਕਈ ਤਰ੍ਹਾਂ ਦੀਆਂ ਟੀਮਾਂ ਨੇ, ਜਿਵੇਂ ਸਾਡੇ ਕੋਲ PCR ਨੇ, ਮੋਟਰਸਾਈਕਲ ਨੇ, ਇਸ ਤੋਂ ਇਲਾਵਾ ਸ਼ਕਤੀ ਟੀਮ ਅੱਜ ਕੱਲ੍ਹ ਚੱਲ ਰਹੀਆਂ ਨੇ, ਉਹਨਾਂ ਨੇ ਵੀ ਅੱਜ ਜਿਵੇਂ 2 ਮੁੰਡੇ ਕੋਈ ਕੁੜੀਆਂ ਨਾਲ ਛੇੜਖਾਨੀ ਕਰਨ ਵਾਲੇ ਉਸ ਤਰੀਕੇ ਦੇ ਫੜੇ ਨੇ। ਜਦੋਂ ਇੱਦਾਂ ਦੀਆਂ ਸਿਵਲ ਦੇ ਵਿੱਚ ਸਾਡੀਆਂ ਟੀਮਾਂ ਦੇ ਵੀ ਕੋਈ ਧਿਆਨ ਦੇ ਵਿੱਚ ਕੋਈ ਇੱਦਾਂ ਦੀ ਚੀਜ਼ ਆਉਂਦੀ ਆ, ਤਾਂ ਕਾਫੀ ਮੁਸਤੈਦੀ ਦੇ ਨਾਲ ਪੁਲਿਸ ਨੂੰ ਕਾਫੀ ਕੁਛ ਇੱਦਾਂ ਦਾ ਕਰ ਰਹੀ ਹੈ, ਸਿਵਲ ਦੇ ਵਿੱਚ ਵੀ ਕਰ ਰਹੀ ਹੈ, ਵਰਦੀ ਦੇ ਵਿੱਚ ਵੀ ਕਰ ਰਹੀ ਹੈ।